ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਹਾਂਜੀ ਲੁਧਿਆਣਾ ਚ ਝੁੱਗੀਆਂ ਨੂੰ ਅੱਗ ਲੱਗਣ ਦਾ ਮਾਮਲਾ ਦੋ ਹੋਰ ਬੱਚਿਆਂ ਦੀ ਇਲਾਜ ਦੌਰਾਨ ਮੌਤ ਵੱਡੀ ਖਬਰ ਆ ਚੁੱਕੀ ਆ ਖਬਰ ਨਹੀਂ ਸ਼ਿਰਕ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਦਰਅਸਲ ਜੋ 9 ਜਨਵਰੀ ਨੂੰ 6 ਬੱਚੇ ਆਪਣੀ ਮਾਂ ਸੁਨੀਤਾ ਨਾਲ ਝੁੱਗੀ 'ਚ ਸੌ ਰਹੇ ਸਨ ਜਿਨ੍ਹਾਂ ਨੇ ਠੰਡ 'ਚ ਬਚਣ ਲਈ ਝੁੱਗੀ 'ਚ ਤੇਲ ਦਾ ਦੀਵਾ ਲਾਇਆ ਸੀ ਜੀ ਹਾਂ ਜ਼ਿਲੇ ਦੇ ਪਿੰਡ ਮੜਿਆਣਾ ਚ 7 ਦਿਨ ਪਹਿਲਾਂ ਝੁੱਗੀਆਂ ਨੂੰ ਅੱਗ ਲੱਗਣ ਦੇ ਮਾਮਲੇ 'ਚ ਦੋ ਹੋਰ ਬੱਚਿਆਂ ਦੀ ਮੌਤ ਹੋ ਗਈ। ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 4 ਤੱਕ ਪਹੁੰਚ ਗਈ ਹੈ। ਅੱਗ ਦੇ ਵਿੱਚ 6 ਬੱਚੇ ਚੁੱਲ੍ਹੇ ਬੱਚਿਆਂ ਦਾ ਪੀਜੀਆਈ 'ਚ ਲਾਸ਼ ਚੱਲ ਰਿਹਾ ਸੀ ਮ੍ਰਿਤਕਾਂ ਦੀ ਪਛਾਣ ਪ੍ਰਵੀਨ 11 ਸਾਲਾਂ ਕੋਮਲ ਦਾਸ ਸ਼ੁਕਰਾ ਸਤ ਤੇ ਮੋਹਨ 3 ਵਜੇ ਹੋਈ ਮਾਮਲੇ ਦੀ ਜਾਂਚ ਕਰ ਰਹੀ ਐ ਐਸਆਈ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਦੋ ਬੱਚੇ ਰਾਧਿਕਾ ਤੇ ਅਮਨ ਜੇਵੀ ਪੀਜੀਆ ਚੰਡੀਗੜ੍ਹ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਦੋਵੇਂ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਡਾਕਟਰਾਂ ਅਨੁਸਾਰ ਰਾਧਿਕਾ 7 ਫਸੀਦੀ ਤੋਂ ਵੱਧ ਅਤੇ ਅਮਨ 35 ਫਸੀਦੀ ਤੋਂ ਵੱਧ ਚੁਲਸ ਗਈ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ